ਮਾਨਸਾ ਜ਼ਿਲ੍ਹੇ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਜ਼ਿਲ੍ਹੇ ਦੇ ਪਿੰਡ ਰਾਏਪੁਰ ਤੋਂ, ਜਿੱਥੇ ਦੇ 27 ਸਾਲਾ ਕਿਸਾਨ ਸੁਖਪ੍ਰੀਤ ਸਿੰਘ ਨੇ ਕਰਜ਼ੇ ਤੋਂ ਤੰਗ ਆ ਕੇ ਸਪਰੇ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦੇ ਸਿਰ 7 ਲੱਖ ਦਾ ਕਰਜ਼ਾ ਸੀ। ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਫਸਲਾਂ ਨਾ ਹੋਣ ਕਾਰਨ ਅਤੇ ਘਰ ਦੀ ਆਰਥਿਕ ਤੰਗੀ ਦੇ ਚੱਲਦਿਆਂ ਸੁਖਪ੍ਰੀਤ ਸਿੰਘ ਨੇ ਖੁਦਕੁਸ਼ੀ ਕੀਤੀ ਹੈ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਸਿਰ ਚੜ੍ਹੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ। ਉਧਰ ਦੂਜੇ ਪਾਸੇ ਪਿੰਡ ਰਾਏਪੁਰ ਦੇ ਮਨਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਲਾਕੇ ਵਿੱਚ ਫਸਲਾਂ ਦੀ ਪੈਦਾਵਾਰ ਘੱਟ ਹੋਣ ਕਾਰਨ ਕਿਸਾਨਾਂ ਸਿਰ ਕਰਜ਼ਾ ਦਿਨੋ ਦਿਨ ਵੱਧ ਰਿਹਾ ਹੈ ਅਤੇ ਖੁਦਕੁਸ਼ੀਆਂ ਲਗਾਤਾਰ ਹੋ ਰਹੀਆਂ ਹਨ। ਇਹ ਘਰ ਦੀ ਆਰਥਿਕ ਤੰਗੀ ਤੋਂ ਤੰਗ ਹੋ ਕੇ, ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੋਈ ਫਸਲਾਂ ਵਗੈਰਾ ਨਹੀਂ ਹੋਈਆਂ, ਇਸ ਕਰਕੇ ਆਰਥਿਕ ਤੰਗੀ ਬਹੁਤ ਜ਼ਿਆਦਾ ਸੀ, ਜਿਸ ਕਰਕੇ ਉਹ ਖੁਦਕੁਸ਼ੀ ਕਰ ਗਏ। ਅਸੀਂ ਪੰਜਾਬ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਕਿ ਜੋ ਇਹਨਾਂ ਦੇ ਸਿਰ ਚੜ੍ਹਿਆ ਹੋਇਆ ਪਿਛਲੇ ਸਮੇਂ ਦਾ ਕਰਜ਼ਾ ਹੈ, ਉਹ ਮਾਫ਼ ਕੀਤਾ ਜਾਵੇ। ਕਰਕੇ ਸਾਡਾ ਏਰੀਆ ਇਹੋ ਜਿਹਾ, ਪਾਣੀ ਵਗੈਰਾ ਨਹੀਂ ਚੰਗਾ, ਦਿਨੋ ਦਿਨ ਕਰਜ਼ੇ 'ਤੇ ਕਰਜ਼ਾ ਚੜ੍ਹੀ ਜਾਂਦਾ ਲੋਕਾਂ 'ਤੇ। ਕੁਛ ਸਰਕਾਰਾਂ ਜਿਹੜੀ ਅੱਗੇ ਆਪਣੇ ਕੈਪਟਨ ਸਰਕਾਰ ਸੀ, ਉਹਨੇ ਵੀ ਕਿਹਾ ਵੀ ਇਹ ਸਾਰਾ ਕਰਜ਼ਾ ਮਾਫ਼ ਕਰਾਂਗੇ, ਉਹ ਕਰਾਂਗੇ, ਠੀਕ ਆ। ਉਹਦੇ ਬਦੌਲਤ ਵੀ ਲੋਕ ਥੋੜ੍ਹਾ ਜਿਹਾ ਕਰਜ਼ਾ ਜ਼ਿਆਦਾ ਸਿਰ ਚੜ੍ਹ ਰਿਹਾ ਲੋਕਾਂ 'ਤੇ, ਉਹਦੇ ਕਰਕੇ ਇਸੇ ਬਦੌਲਤ ਹੀ ਖੁਦਕੁਸ਼ੀਆਂ ਦਾ ਰੁਝਾਨ ਜਿਹੜਾ ਦਿਨੋ ਦਿਨ ਬਹੁਤ ਜ਼ਿਆਦਾ ਹੋ ਰਿਹਾ। ਵੋਟਾਂ ਵੇਲੇ ਬਹੁਤ ਵਾਅਦੇ ਕੀਤੇ ਸੀ, ਪਰ ਉਸ ਤੋਂ ਬਾਅਦ ਕੋਈ ਧਿਆਨ ਨਹੀਂ ਦੇ ਰਿਹਾ। ਜੋ ਖੁਦਕੁਸ਼ੀਆਂ ਦਾ ਰੁਝਾਨ ਹੈ ਉਹ ਵੱਧ ਰਿਹਾ। ਸਾਡੇ ਵੀਰ ਦੀ ਵੀ ਖੁਦਕੁਸ਼ੀ ਉਹਦੇ ਵਿੱਚੋਂ ਇੱਕ ਹੈ। ਜੇ ਸਰਕਾਰਾਂ ਨੇ ਧਿਆਨ ਦਿੱਤਾ ਹੁੰਦਾ ਤਾਂ ਸ਼ਾਇਦ ਇਹ ਖੁਦਕੁਸ਼ੀ ਅੱਜ ਨਾ ਹੁੰਦੀ ਅਤੇ ਉਹ ਸੁਖਪ੍ਰੀਤ ਸਿੰਘ ਸਾਡੇ ਵਿੱਚ ਹੁੰਦਾ। ਮਾਨਸਾ ਤੋਂ ਜਗਦੀਸ਼ ਬਾਂਸਲ ਦੀ ਰਿਪੋਰਟ, ਚੈਨਲ 2।